ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀ ਵਿਦ ਜੋਬ ਅਲਰਟ ਤੇ ਤਾਂ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਆਉਣ ਵਾਲੇ ਦੇ ਨਾਲ ਵਿੱਚ ਜੋ ਪੰਜਾਬ ਦੇ ਵਿੱਚ ਭਰਤੀਆਂ ਆ ਰਹੀਆਂ ਨੇ ਤਾਂ ਇਹਦੇ ਸਬੰਧੀ ਇੱਕ PDF ਨੋਟੀਫਿਕੇਸ਼ਨ ਦਾ ਕੰਪਲੀਟ ਹੈ ਉਹ ਜਾਰੀ ਹੋਇਆ ਹੈ ਤਾਂ ਵਿਭਾਗ ਵੱਲੋਂ ਇਹ ਵੇਰਵੇ ਅਤੇ ਵੈਕੈਂਸੀਆਂ ਨੂੰ ਭਰਨ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਇਕੱਲੇ ਇਕੱਲੇ ਜਾਣਕਾਰੀ ਤੁਹਾਡੇ ਨਾਲ ਵਿਸਤਾਰ ਨਾਲ ਸ਼ੇਅਰ ਕਰਾਂਗੇ ਡੇਲੀ ਤੁਹਾਨੂੰ ਇਸੇ ਤਰ੍ਹਾਂ ਅਪਡੇਟਸ ਮਿਲਦੀਆਂ ਰਹਿਣ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਪਹਿਲਾ ਨੋਟੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਡਾਇਰੈਕਟੋਰੇਟ ਸਿਹਤ ਤੇ ਸਵਾਵਾ ਪਰਿਵਾਰ ਭਲਾਈ ਪੰਜਾਬ ਦੇ ਵੱਲੋਂ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਹਾਫ ਐਂਡ ਹੈਲਥ ਸਾਇੰਸਿਜ਼ ਫਰੀਦਕੋਟਾ ਤਾਂ 6 10 2023 ਇਹਦੇ ਵਿੱਚ ਡੇਟ ਮੈਂਸ਼ਨ ਕੀਤੀ ਗਈ ਹੈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਨ ਬਲਾਕ ਐਕਸਟੇਸ਼ਨ ਐਜੂਕੇਟਰ ਦੀਆਂ 16 ਖਾਲੀ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਬਾਰੇ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸੇਤ ਪੰਜ ਸਾਖਾ ਵੱਲੋਂ ਪੱਤਰ ਮੀਮੋ ਨੰਬਰ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੈ 30 6 2023 ਦੀ ਨਾਲ ਕਾਪੀ ਨੱਥੀ ਕੀਤੀ ਗਈ ਹੈ ਰਾਹੀਂ ਸਿਹਤ ਤੇ ਪਰਿਵਾਰ ਭਲਾਈ ਭਾਗਦੀਨ 1868 ਅਸਾਮੀਆਂ ਭਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਇਸ ਮਨਜ਼ੂਰੀ ਵਿੱਚ ਬਲਾਕ ਐਕਸਟੈਂਸ਼ਨ ਐਜੂਕੇਟਰ ਦੀਆਂ 16 ਸਿੱਧੀ ਭਰਤੀ ਦੀਆਂ ਅਸਾਮੀਆਂ ਵੀ ਦਰਜ ਨੇ ਬਲਾਕ ਐਕਸਟੈਂਸ਼ਨ ਐਜੂਕੇਟਰ ਦੀਆਂ ਸਾਮੀਆਂ ਨੂੰ ਭਰਨ ਲਈ ਅਸਾਮੀਆਂ ਦਾ ਵੇਰਵਾ ਭਰਤੀ ਕ੍ਰਾਈਟੇਰੀਆ ਬਨਦੀ ਸ਼ਰਤਾਂ ਨਿਜਮ ਦਰਜ ਕਰਦੇ ਹੋਏ ਡਿਟੇਲਡ ਇਸ਼ਤਿਹਾਰ ਦੀ ਕਾਪੀ ਨਾਲ ਨੱਥੀ ਕਰਕੇ ਭੇਜਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਕੁਮੀਦਵਾਰਾਂ ਦੀਆਂ ਅਰਜ਼ੀਆਂ ਪ੍ਰਾਪਤ ਕਰਕੇ ਉਹਨਾਂ ਦਾ ਲਿਖਤੀ ਇਮਤਿਹਾਨ ਕਰਵਾ ਕੇ ਕਾਉਂਸਲਿੰਗ ਕਰਵਾ ਕੇ ਫਾਈਨਲ ਨਤੀਜਾ ਅਤੇ ਫਾਈਲ ਸਿਲੈਕਸ਼ਨ ਸੂਚੀ ਸਮੇਤ ਕੈਟਾਗਰੀ ਵਾਈਜ਼ ਮੈਰਿਟ ਲਿਸਟ ਤਿਆਰ ਕਰਕੇ ਇਸ ਦਫ਼ਤਰ ਨੂੰ ਭੇਜਣ ਦੀ ਖੇਚਲ ਜਿਹੜੀ ਕੀਤੀ ਜਾਵੇ ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਹੈ ਜਿਹੜਾ ਜਾਰੀ ਕੀਤਾ ਗਿਆ ਤਾਂ ਪਹਿਲੀਆਂ ਪੋਸਟਾਂ ਨੇ 1866 ਤੇ ਵਿੱਚ 16 ਪੋਸਟਾਂ ਜਿਹੜੀਆਂ ਉਹ ਸਿੱਧੀ ਭਰਤੀ ਦੀਆਂ ਨੇ ਅਗਲਾ ਨੋਟੀਫਿਕੇਸ਼ਨ ਵੀ ਜਿਹੜਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਹੀ ਜਿਹੜਾ ਜਾਰੀ ਕੀਤਾ ਗਿਆ ਹੈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਵੱਖ-ਵੱਖ ਕੱਡਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ ਬਾਰੇ ਤਾਂ ਇਹਦੇ ਵਿੱਚ ਮੰਤਰੀ ਮੰਡਲ ਵੱਲੋਂ ਰਾਜ ਦੇ ਲੋਕਾਂ ਨੂੰ ਚੰਗੀਆਂ ਤੇ ਉੱਚ ਪੱਧਰੀ ਸਿਹਤ ਸੇਵਾਵਾਂ ਮਹੱਇਆ ਕਰਵਾਉਣ ਦੇ ਮੰਤਬ ਨਾਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਵੱਖ-ਵੱਖ ਕੱਡਰਦੀਆਂ ਦਰਸਾਈਆਂ ਅਸਾਮੀਆਂ ਨੂੰ ਰਿਵਾਈਵ ਕਰਨ ਅਤੇ ਭਰਨ ਦੀ ਪ੍ਰਵਾਨਗੀ ਜਿਹੜੀ ਦਿੱਤੀ ਗਈ ਹੈ ਤਾਂ ਇਹਦੇ ਵਿੱਚ ਸਾਰੀਆਂ ਵਕੇਂਸੀਆਂ ਡਿਟੇਲਸ ਮੈਂ ਡਾਕਟਰ ਅਫਸਰ 185 ਬਲਾਕ ਐਕਸਟੈਂਸ਼ਨ ਅਫਸਰ 16 ਮਲਟੀਪਰਪਸ ਹੈਲਥ ਵਰਕਰ ਫੀਮੇਲ 806 ਮੈਡੀਕਲ ਲੈਬਰਾਟਰੀ ਟੈਕਨੀਸ਼ੀਅਨ ਗ੍ਰੇਡ 2 150 ਓਟੀ ਸਹਾਇਕ 63 ਅਫਥਲਮਿਕ ਅਫਸਰ 83 ਕਲਰਕ ਦੀਆਂ 150 ਸਟੈਨੋ ਦੀਆਂ 17 ਫਾਰਮੇਸੀ ਅਫਸਰ ਦੀਆਂ 350 ਡਰੱਗਜ਼ ਕੰਟਰੋਲ ਅਫਸਰ ਦੀਆਂ 2 ਸਹਾਇਕ ਕਮਿਸ਼ਨਰ ਫੂਡ ਸੇਫਟੀ ਨੇ 11 ਫੂਡ ਸੇਫਟੀ ਅਫਸਰ ਦੀਆਂ 5 ਐਨਾਲਿਸਟ ਫੂਡ ਸੇਫਟੀ ਨੇ 4 ਕਲਰਕ ਦੀਆਂ 6 ਲੈਬ ਅਟੈਂਡੈਂਟ ਦੀਆਂ 18 ਤਾਂ ਕੁੱਲ 1866 ਅਸਾਮੀਆਂ ਨੇ ਜਿਹੜੇ ਉੱਪਰ ਤੁਹਾਨੂੰ ਜ਼ਿਕਰ ਕੀਤਾ ਸੀ ਤਾਂ ਇਹ ਵੀ ਕਲੀਕਲੀ ਡਿਟੇਲ ਵੀ ਜਿਹੜੀ ਆ ਚੁੱਕੀ ਹੈ 15 ਕਾਲਮਾਂ ਦੇ ਵਿੱਚ 1866 ਅੱਡ-ਅੱਡ ਅਹੁਦਿਆਂ ਤੇ ਪੋਸਟਾਂ ਜਿਹੜੀਆਂ ਭਰੀਆਂ ਜਾਣੀਆਂ ਤਾਂ ਅੱਗੇ ਇਥੇ ਇਹ ਵੀ ਡਿਟੇਲ ਜਿਹੜੀ ਜਾਰੀ ਕੀਤੀ ਹੈ ਅਸਾਮੀ ਦਾ ਕੀ ਨਾਮ ਹੈ ਕਿਹੜਾ ਗਰੁੱਪ ਅਸਾਮੀ ਦਾ ਬਣਦਾ ਹੈ ਅਤੇ ਭਰਤੀ ਏਜੰਸੀ ਦਾ ਨਾਮ ਜਿਹੜਾ ਕੀ ਹੈ ਕਿਹਦੇ ਅੰਡਰ ਇਹ ਭਰਤੀ ਜਿਵੇਂ ਮੈਡੀਕਲ ਆਫਸਰ ਗਰੁੱਪਏ ਦੀ ਭਰਤੀ ਆ ਗਈ ਪੰਜਾਬ ਲੋਕ ਸੇਵਾ ਕਮਿਸ਼ਨ ਆ ਗਈ ਤਾਂ ਇਸ ਤਰ੍ਹਾਂ ਸਾਰੀਆਂ ਇਹ ਦੇ ਵਿੱਚ ਡਿਟੇਲ ਜਿਹੜੀ ਮੈਂਸ਼ਨ ਆ ਕੀਤੀ ਗਈ ਹੈ ਤਾਂ ਇੱਥੇ ਨਾਸਾਮੀ ਨਾਲ ਸੰਬੰਧ ਦਾ ਪੇ ਸਕੇਲ ਵੀ ਜਿਹੜਾ ਇਹਦੇ ਵਿੱਚ ਮੈਂਸ਼ਨ ਹੈ ਜਿਹੜਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਕੁਆਲੀਫਿਕੇਸ਼ਨ ਸਾਰੀ ਇਹਦੇ ਵਿੱਚ ਮੈਂਸ਼ਨ ਕੀਤੀ ਗਈ ਹੈ ਕਿਹੜੀ ਪੋਸਟ ਲਈ ਕਿਹੜੀ ਕੁਆਲੀਫਿਕੇਸ਼ਨ ਜਿਹੜੀ ਚਾਹੀਦੀ ਹੈ ਤਾਂ ਵੀਡੀਓ ਸਟਾਪ ਕਰਕੇ ਤੁਸੀਂ ਇਕੱਲੀ ਇਕੱਲੀ ਕੁਆਲੀਫਿਕੇਸ਼ਨ ਜਿਹੜੀ ਰੀਡ ਕਰ ਸਕਦੇ ਹੋ ਬਾਕੀ ਕਿੰਨੇ ਅਕਾਸਟ ਨੇ ਕਿਹੜੀਆਂ ਕਿੰਨੀਆਂ ਪੋਸਟਾਂ ਨੇ ਤਾਂ ਉਹ ਵੀ ਇਹਦੇ ਵਿੱਚ ਮੈਂਸ਼ਨ ਹੈ ਜਿਹੜੀਆਂ ਕੀਤੀਆਂ ਨੇ ਇਹਦੇ ਵਿੱਚ ਤਿੰਨ ਕਾਲਮ ਆਏ ਗਏ ਹੈ ਪਹਿਲੇ ਦੇ ਵਿੱਚ ਜਿਹੜਾ ਨੇਮ ਆਫ ਪੋਸਟ ਹੈ ਦੂਸਰੇ ਦੇ ਵਿੱਚ ਕੁਆਲੀਫਿਕੇਸ਼ਨ ਹੈ ਤੀਸਰੇ ਤੇ ਨੰਬਰ ਆਫ ਪੋਸਟਸ ਨੇ ਕਿਹੜੀ ਕਾਸਟ ਦੀਆਂ ਕਿੰਨੀਆਂ ਪੋਸਟਾਂ ਬਣਦੀਆਂ ਨੇ ਤਾਂ ਅਗਲੇ ਕਾਲਮ ਦੇ ਵਿੱਚ ਹੈ ਜਿਹੜਾ ਤਨਖਾਹ ਸਕੇਲ ਬਾਰੇ ਇਹਨਾਂ ਨੇ ਜਾਣਕਾਰੀ ਜਿਹੜੀ ਇਹਦੇ ਵਿੱਚ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਇਸ ਤੋਂ ਬਾਅਦ ਇਹਦਾ ਰਿਟਰਨ ਐਗਜ਼ਾਮ ਜਿਹੜਾ ਹੋਏਗਾ ਉਹਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਗਈ ਹੈ 90 ਮਾਰਕਸ ਦੇ ਵਿੱਚ ਐਗਜ਼ਾਮ ਇਹਨਾਂ ਨੇ ਮੈਂਸ਼ਨ ਹੈ ਜਿਹੜਾ ਕੀਤਾ ਹੋਇਆ ਹੈ ਕਿ ਤੁਹਾਡਾ 90 ਨੰਬਰਾਂ ਦਾ ਜਿਹੜਾ ਪੇਪਰ ਹੈ ਇਹਦੇ ਵਿੱਚ ਹੋਏਗਾ ਐਕਸਪੀਰੀਅੰਸ ਵੀ ਮੰਗਿਆ ਗਿਆ ਹੈ 10 ਨੰਬਰ ਐਕਸਪੀਰੀਅੰਸ ਦੇ ਇਹਦੇ ਵਿੱਚ ਜਿਹੜੇ ਰੱਖੇ ਗਏ ਐ ਜਿਹੜੀ ਏਜ ਦੀ ਗੱਲ ਕਰੀਏ ਤਾਂ ਜਨਰਲ ਕਾਸਟ 18 ਤੋਂ 37 ਸਾਲ ਤੱਕ ਹੈ 1 ਜਨਵਰੀ 2023 ਤੋਂ ਕਾਊਂਟ ਕੀਤੀ ਜਾਊਗੀ ਏਜ ਰਿਲੈਕਸੇਸ਼ਨ ਜਿਹੜੀ ਵੀ ਕਾਸਟ ਨੂੰ ਸਰਕਾਰ ਦੇ ਰੂਲ ਦੇ ਹਿਸਾਬ ਨਾਲ ਮਿਲਦੀ ਹੈ ਉਹ ਦਿੱਤੀ ਜਾਏਗੀ ਐਸੀਬੀਸੀ ਕੈਂਡੀਡੇਟਸ 5 ਇਅਰ ਫਿਜ਼ੀਕਲੀ ਹੈਂਡੀਕੈਪਡ 10 ਇਅਰ ਐਕ ਸਰਵਿਸਮੈਨ ਕੈਟੇਗਰੀ ਤਾਂ ਇਹਨਾਂ ਨੂੰ ਵੀ ਇਹਦੇ ਵਿੱਚ ਏਜ ਦੇ ਵਿੱਚ ਛੋਟ ਹੈ ਜਿਹੜੀ ਮਿਲੇਗੀ ਜੋ ਵੀ ਰੂਲ ਦੇ ਹਿਸਾਬ ਨਾਲ ਮਿਲਦੀ ਹੈ ਉੱਪਰਲੀ ਉਮਰ ਸੀਮਾ ਦੇ ਵਿੱਚ ਇਹ ਤਨੇ ਸਾਫ ਇਹਨਾਂ ਨੇ ਜਿਹੜਾ ਲਿਖਿਆ ਬਾਕੀ ਸਾਰੇ ਜਿਹੜੇ ਇਹਦੇ ਵਿੱਚ ਨੋਟੀਫਿਕੇਸ਼ਨ ਹਨ ਅਟੈਚ ਕੀਤੇ ਹੋਏ ਹੈ ਕੁੱਲੇ 1860 ਅਸਾਮੀਆਂ ਨੇ ਜਿਵੇਂ ਇਹਦੇ ਵਿੱਚ ਪਹਿਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 150 ਖਾਲੀ ਅਸਾਮੀਆਂ ਭਰਨ ਬਾਰੇ ਤਾਂ ਟੈਕਨੀਸ਼ੀਅਨ ਗ੍ਰੇਡ 2 ਦੀਆਂ 150 ਅਸਾਮੀਆਂ ਭਰਨ ਸੰਬੰਧੀ ਵੀ ਇਹ ਨੋਟੀਫਿਕੇਸ਼ਨ ਜਿਹੜਾ ਲਿਖਿਆ ਗਿਆ ਸੀਗਾ ਤਾਂ ਸਾਰੀਆਂ ਪੋਸਟਾਂ ਨੂੰ ਲਗਭਗ ਜਿਹੜੀ ਮਨਜ਼ੂਰੀ ਇਹਦੇ ਵਿੱਚ ਮਿਲੀ ਹੋਈ ਹੈ ਤਾਂ 150 ਅਸਾਮੀਆਂ ਦੀ ਵੀ ਇਹਦੇ ਵਿੱਚ ਡਿਟੇਲ ਹੈ ਜਿਹੜੀ ਪੋਸਟਾਂ ਦੇ ਵਿੱਚ ਦਿੱਤੀ ਗਈ ਹੈ ਕਿਹੜੀ ਕਾਸਟ ਨੂੰ ਕਿੰਨੀਆਂ ਪੋਸਟਾਂ ਨੇ ਟੋਟਲ 150 ਨੇ ਉਸੇ ਤਰੀਕੇ ਪਹਿਲੇ ਤੁਹਾਡੀ ਨੇਮ ਹੋ ਪੋਸਟ ਹੈ ਫਿਰ ਕੁਆਲਿਫਿਕੇਸ਼ਨ ਹੈ ਕਿੰਨੀਆਂ ਪੋਸਟਾਂ ਨੇ ਕਿਹੜੀ ਕਾਸਟ ਨੂੰ ਕਿੰਨੀਆਂ ਹੁੰਦੀਆਂ ਨੇ ਫਿਰ ਤਨਖਾਸ਼ ਕਿਹ ਲੈ ਤਾਂ ਵੀਡੀਓ ਨੂੰ ਸਟਾਪ ਕਰਕੇ ਤੁਸੀਂ ਕੱਲੀ-ਕੱਲੀ ਪੋਸਟ ਜਿਸ ਵੀ ਕਾਸਟ ਨਾਲ ਸੰਬੰਧਤੋਂ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਜਿਹੜੀ ਭਰਨੀ ਹੈ ਤੋਂ ਇਹਦੇ ਵਿੱਚੋਂ ਸਟਾਪ ਕਰਕੇ ਪੜ੍ਹ ਸਕਦੇ ਹੋ ਕਿਉਂਕਿ ਕੱਲੀ-ਕੱਲੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੀਡੀਐਫ ਜਿਹੜੀ ਕਾਫੀ ਲੰਬੀ ਹੈ WhatsApp ਗਰੁੱਪ ਦੇ ਵਿੱਚ ਤੁਹਾਨੂੰ ਉਸੇ ਪੀਡੀਐਫ ਜਿਹੜੀ ਦੇ ਦੇਵਾਂਗੇ ਜਿਨ੍ਹਾਂ ਨੇ ਹਾਲੇ ਤੱਕ ਸਾਡਾ WhatsApp ਗਰੁੱਪ ਜੁਆਇਨ ਨਹੀਂ ਕਰਿਆ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਸਾਰੇ ਜਾਣੇ WhatsApp ਗਰੁੱਪ ਜਰੂਰ ਜੁਆਇਨ ਕਰਿਓ ਇਸ ਲਈ ਇਹ ਗ ਤਾਂ ਜੇ ਤੁਹਾਨੂੰ ਪੀਡੀਐਫ ਜਿਹੜੀਆਂ ਉਸ ਗਰੁੱਪ ਦੇ ਵਿੱਚ ਮਿਲ ਸਕਣ ਕਿਉਂਕਿ ਇੰਸਟਾਗ੍ਰam ਗਰੁੱਪ ਵਿੱਚ ਆਪਾਂ ਪੀਡੀਐਫ ਨਹੀਂ ਪਾ ਸਕਦੇ ਨਾ ਹੀ ਉਹਦੇ ਵਿੱਚ ਅਪਡੇਟ ਹੁੰਦੀ ਹੈ। ਬਾਕੀ ਰਹੀ ਗੱਲ ਐਗਜ਼ਾਮ ਦੀ ਐਗਜ਼ਾਮ ਲਗਭਗ ਜਿੰਨੀਆਂ ਵੀ ਪੋਸਟ ਆਊਟ ਹੋਣਗੀਆਂ 90 ਨੰਬਰਾਂ ਦਾ ਇਹਦੇ ਵਿੱਚ ਰੱਖਿਆ ਗਿਆ ਹੈ। ਐਕਸਪੀਰੀਅੰਸ ਵੀ ਲਗਭਗ ਹਰ ਇੱਕ ਵੈਕੈਂਸੀ ਦੇ ਵਿੱਚ ਮੰਗਿਆ ਗਿਆ ਜਿੰਨੇ ਸਾਲ ਦਾ ਐਕਸਪੀਰੀਅੰਸ ਆ ਉਸ ਹਿਸਾਬ ਨਾਲ ਤੁਹਾਨੂੰ ਨੰਬਰ ਮਿਲਣਗੇ। ਵੱਤ ਤੋਂ ਵੱਧ ਜਿਹੜੇ ਨੰਬਰ ਨੇ ਉਹ ਦਾਸ ਰੱਖੇ ਗਏ ਐ ਐਕਸਪੀਰੀਅੰਸ ਦੇ। ਏਜ ਬਿਲਕੁਲ ਸੇਮ ਐ 18 ਤੋਂ 37 ਸਾਲ ਤੱਕ ਜਿਹੜੀ ਜਨਰਲ ਕਾਸਟ ਦੀ ਐ ਬਾਕੀ ਜਿਹੜੀ ਕਾਸਟ ਨੇ ਤਾਂ ਉਹਨਾਂ ਨੂੰ ਉੱਪਰਲੀ ਉਮਰ ਸੀਮਾ ਦੇ ਵਿੱਚ ਜਿਹੜੀ ਛੋਟ ਦਿੱਤੀ ਜਾਊਗੀ ਜਿਵੇਂ ਐਸਸੀ ਬੀਸੀ ਕੈਂਡੀਡੇਟਸ 5 ਸਾਲਾਂ ਦੀ ਹੈ ਫਿਜ਼ੀਕਲੀ ਹੈਂਡੀਕੈਪਡ ਨੇ ਉਹਨਾਂ ਨੂੰ 10 ਸਾਲਾਂ ਦੀ ਹੈ ਤਾਂ ਇਸ ਤਰ੍ਹਾਂ ਕਰਕੇ ਬਾਕੀ ਜਿਹੜੇ ਐਕ ਸਰਵਿਸਮੈਨ ਨੇ ਉਹਨਾਂ ਨੂੰ 45 ਪਲੱਸ ਏਜ ਦੇ ਵਿੱਚ ਉਮਰ ਹੱਦ ਦੇ ਜਿਹੜੀ ਛੋਟ ਹੈ ਉਹ ਦਿੱਤੀ ਜਾਵੇਗੀ ਬਾਕੀ ਮੇਨ ਆਪਾਂ ਨੂੰ ਪਤਾ ਹੀ ਹੈ ਹਰ ਇੱਕ ਭਾਰਤੀ ਦੇ ਨੂੰ ਦੋ ਪੇਪਰ ਜਿਹੜੇ ਹੋਣ ਲੱਗੇ ਸੋ ਪੰਜਾਬੀ ਕੰਪਲਸਰੀ ਦਾ ਅਲੱਗ ਪੇਪਰ ਹੁੰਦਾ ਜਿਹਨੂੰ ਪੇਪਰ ਏ ਦਾ ਨਾਮ ਦਿੱਤਾ ਗਿਆ ਸੋ ਜਿਹਦੇ ਵਿੱਚ ਕੇਵਲ ਤੁਸੀਂ ਜਿਹੜਾ ਪਾਸ ਹੀ ਹੋਣਾ ਜ਼ਰੂਰੀ ਹੈ 50 ਨੰਬਰ ਦਾ ਪੇਪਰ ਹੈ 25 ਵਾਲਾ ਪਾਸ ਹੁੰਦਾ ਹੈ ਤਾਂ ਉਹਦੇ ਅੰਕ ਕਿਹੜੇ ਮੈਰਿਟ ਦੇ ਵਿੱਚ ਨਹੀਂ ਜੁੜਦੇ ਤਾਂ ਕੇਵਲ ਤੁਸੀਂ ਉਹਨੂੰ ਪਾਸ ਆਊਟ ਜਿਹੜਾ ਐਗਜ਼ਾਮ ਕਰਨਾ ਹੈ ਅਗਰ ਤੁਸੀਂ ਉਹਦੇ ਵਿੱਚੋਂ ਫੇਲ ਹੋ ਜਾਨੇ ਹੋ ਤਾਂ ਅਗਲੇ ਪੇਪਰ ਜਿਹੜਾ ਤੁਹਾਡਾ ਕੈਨਸਲ ਮੰਨਿਆ ਜਾਵੇਗਾ ਤਾਂ ਇਸੇ ਤਰ੍ਹਾਂ ਇਹ 83 ਅਸਾਮੀਆਂ ਦਾ ਜਿਹੜਾ ਨੋਟੀਫਿਕੇਸ਼ਨ ਅਗਲਾ ਇਹਦੇ ਵਿੱਚ ਜਾਰੀ ਹੋਇਆ ਕਲਕਲੀਆਂ ਵੈਕੈਂਸੀ ਦਾ ਕਲਕਲਾ ਨੋਟੀਫਿਕੇਸ਼ਨ ਇਹਦੇ ਵਿੱਚ ਜਾਰੀ ਹੈ ਜਿਹੜਾ ਕੀਤਾ ਗਿਆ ਤਾਂ ਇਹ ਵੀ 83 ਅਸਾਮੀਆਂ ਇਸੇ ਦੇ ਵਿੱਚ ਹੀ ਐਡ ਨੇ ਹੈਲਥ ਡਿਪਾਰਟਮੈਂਟ ਵਿੱਚ ਲਗਭਗ ਸਾਰੀਆਂ ਵੈਕੈਂਸੀਆਂ ਜਿਹੜੀਆਂ ਆਉਣਗੀਆਂ ਅਪਤਾਲਮਿਕ ਅਫਸਰਾਂ ਦੀਆਂ ਤਰਾਸੀ ਸਾਮੀਆਂ ਦੇ ਵਿੱਚ ਮੈਂਸ਼ਨ ਕੀਤੀਆਂ ਗਈਆਂ ਨੇ। ਤਾਂ ਇਹਨਾਂ ਵੈਕੈਂਸੀਆਂ ਦੀ ਇੱਥੇ ਡਿਟੇਲ ਕੁਆਲਿਫਿਕੇਸ਼ਨ ਕੈਟਾਗਰੀ ਵਾਈਜ਼ ਵੰਡ ਹੈ ਜਿਹੜੀ ਮੈਂਸ਼ਨ ਕੀਤੀ ਗਈ ਹੈ। ਤਾਂ ਅਗਰ ਤੁਸੀਂ ਇਹ ਸਾਮੀਆਂ ਭਰਨੀਆਂ ਨੇ ਤਾਂ ਇਹ ਵੀਡੀਓ ਨੂੰ ਸਟਾਪ ਕਰਕੇ ਤੁਸੀਂ ਆਪਣੀ ਕਾਸਟ ਦੇ ਹਿਸਾਬ ਨਾਲ ਕਿੰਨੀਆਂ ਪੋਸਟਾਂ ਆਈਆਂ ਨੇ, ਕਿੰਨਾ ਪੇਸਕੇਲ ਹੈ, ਕੀ ਕੁਆਲਿਫਿਕੇਸ਼ਨ ਹੈ ਇਹਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ। ਇਗਜ਼ਾਮ ਇਹਦਾ ਵੀ ਸੇਮ ਹੈ ਜਿੰਨੀਆਂ ਵੀ ਪੋਸਟਾਂ ਆਈਆਂ ਨੇ 90 ਨੰਬਰਾਂ ਦਾ ਇਗਜ਼ਾਮ ਹੈ। 10 ਨੰਬਰ ਤੁਹਾਡੇ ਜਿਹੜੇ ਐਕਸਪੀਰੀਅੰਸ ਦੇ ਹੈ ਟੋਟਲ 100 ਅੰਕ ਦਾ ਐਗਜ਼ਾਮ ਹੋਏਗਾ 10 ਸਾਲ ਤੱਕ ਦਾ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਡੇ ਨੰਬਰ ਹੈ ਜਿਹੜੇ ਲੱਗਣਗੇ ਬਾਕੀ ਰਹੀ ਗੱਲ ਫੀਸ ਦੀ ਕਿਹੜੀ ਕਾਸਟ ਨੂੰ ਕਿੰਨੀ ਫੀਸ ਭਰਨੀ ਪਵੇਗੀ ਜਦੋਂ ਆਫੀਸ਼ੀਅਲ ਨੋਟੀਫਿਕੇਸ਼ਨ ਆਏਗਾ ਅਪਲਾਈ ਹੋਣਾ ਇਹਨਾਂ ਪੋਸਟਾਂ ਦੇ ਸਟਾਰਟ ਹੋਵੇਗਾ ਉਦੋਂ ਕਲੀਅਰ ਹੋਏਗਾ ਕਿਹੜੀ ਕਾਸਟ ਨੂੰ ਕਿੰਨੀ ਪੋਸਟ ਹੈ ਸੌਰੀ ਕਿੰਨੀ ਫੀਸ ਹੈ ਜਿਹੜੀ ਇਹਦੇ ਵਿੱਚ ਰੱਖੀ ਗਈ ਹੈ ਤਾਂ ਜਦੋਂ ਵੀ ਆਫੀਸ਼ੀਅਲੀ ਨੋਟੀਫਿਕੇਸ਼ਨ ਆਉਂਦਾ ਹੈ ਅਪਲਾਈ ਹੋਣਾ ਸਟਾਰਟ ਹੁੰਦਾ ਹੈ ਤਾਂ ਫੀਸ ਦੀ ਜਾਣਕਾਰੀ ਸਪੈਸ਼ਲੀ ਤੁਹਾਡੇ ਨਾਲ ਵੀਡੀਓ ਸੋ ਚੈਨਲ ਨਾਲ ਜੁੜੇ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਜੀ